ਬਰਗਾੜੀ ਦੇ ਵਿੱਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਤੋਂ ਬਾਅਦ ਕੈਨੇਡਾ ਦੀ MP ਰੂਬੀ ਢੱਲਾ ਪਹਿਲੀ ਵਾਰ ਫਰੀਦਕੋਟ ਪਹੁੰਚੀ ਹੈ ਤੇ ਵੱਖ-ਵੱਖ ਥਾਵਾਂ ਦਾ ਉਹਨਾਂ ਨੇ ਇੱਥੇ ਦੌਰਾ ਵੀ ਕੀਤਾ ਹੈ ਜਿੱਥੇ ਕਿ ਉਹਨਾਂ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਤਕਰੀਬਨ 100 ਗੁਰਦੁਆਰਾ ਸਾਹਿਬਾਨ ਦੇ ਵਿੱਚ CCTV ਕੈਮਰੇ ਲਗਵਾਉਣ ਦਾ ਕੰਮ ਵੀ ਸ਼ੁਰੂ ਕੀਤਾ ਹੈ। ਇਹਨਾਂ ਦੇ ਵਿੱਚੋਂ ਤਕਰੀਬਨ 35 ਗੁਰਦੁਆਰਾ ਸਾਹਿਬਾਨ ਦੇ ਵਿੱਚ ਇਹ ਕੰਮ ਪੂਰਾ ਕੀਤਾ ਜਾ ਚੁੱਕਿਆ। ਇਸ ਦੇ ਨਾਲ ਹੀ ਉਹਨਾਂ ਵੱਲੋਂ ਫਰੀਦਕੋਟ ਦੇ ਵਿੱਚ ਇੱਕ ਕਾਲਜ ਦੇ ਸਮਾਗਮ 'ਚ ਵੀ ਸ਼ਿਰਕਤ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਸਾਨੂੰ ਸਾਰੇ ਜਣਿਆਂ ਨੂੰ ਪਤਾ ਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਵਰਕੇ ਪਾਰੇ ਗਏ ਸੀ, ਜਿਹੜਾ ਹਮਲਾ ਹੋਇਆ ਸੀ, ਅਸੀਂ ਜਿੰਨੇ ਵੀ ਸਿੱਖ ਭੈਣ ਭਰਾ ਸਾਰੇ ਦੁਨੀਆ ਦੇ ਵਿੱਚ ਜਿੱਥੇ ਵੀ ਅਸੀਂ ਵੱਸਦੇ ਹਾਂ, ਸਾਨੂੰ ਇੱਕ ਸਾਰੇ ਜਣਿਆਂ ਨੂੰ, ਇੱਕ ਸਾਡੀ ਸਾਰੀ ਸਿੱਖ ਕੌਮ ਨੂੰ, ਸਾਡੇ ਦਿਲ ਨੂੰ ਇੱਕ ਬਹੁਤ ਦਰਦ ਉੱਠੀ ਸੀ ਕਿ ਇੱਦਾਂ ਸਾਡੇ ਸਿੱਖ ਕੌਮ ਨਾਲ, ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਇੱਦਾਂ ਇੱਕ ਅਟੈਕ ਹੋਇਆ। ਐਂਡ ਸਾਡੇ ਜਿਹੜੇ ਇੱਥੇ ਹੈਗੇ ਨੇ ਵੋਲੰਟੀਅਰਸ ਪੰਜਾਬ ਦੇ ਵਿੱਚ, ਉਹਨਾਂ ਨੇ ਇੱਕ ਚੈਰਿਟੀ ਦੀ ਔਰਗਨਾਈਜੇਸ਼ਨ ਬਣਾਈ ਹੈ ਜਿਹਦਾ ਨਾਂ ਹੈਗਾ ਗੁਰੂ ਘਰ ਸੇਵਾ ਸੁਸਾਇਟੀ। ਐਂਡ ਉਹ ਜਿਹੜੀ ਸੁਸਾਇਟੀ ਹੈ, ਉਹਨਾਂ ਨੇ ਇੱਕ ਮਕਸਦ ਚੜ ਕੇ, ਇੱਕ ਉਹਨਾਂ ਨੇ ਆਪਣਾ ਇੱਕ ਮਿਸ਼ਨ ਫੜ ਕੇ, ਉਹ 100 ਗੁਰਦੁਆਰਿਆਂ ਦੇ ਵਿੱਚ, 100 ਪਿੰਡਾਂ ਦੇ ਵਿੱਚ CCTV ਕੈਮਰਾ ਲਵਾ ਰਹੇ ਨੇ। ਐਂਡ ਇਹ ਜਿੰਨੀ ਵੀ ਡੋਨੇਸ਼ਨਸ ਲੋਕ ਆਪਣੇ ਭੈਣ ਭਰਾ ਕਰ ਰਹੇ ਨੇ ਪੰਜਾਬ ਤੋਂ, ਸਾਰੇ ਇੰਡੀਆ ਤੋਂ, ਵੱਖਰੇ ਵੱਖਰੇ ਕੰਟਰੀਆਂ ਤੋਂ, ਉਹ ਜਿੰਨਾ ਵੀ ਸਾਰੀ ਡੋਨੇਸ਼ਨਸ ਇਕੱਠੀ ਹੋ ਰਹੀ ਹੈ, ਸਾਰੇ ਸਿੱਧਾ ਜਾ ਰਹੀ ਹੈ ਆਪਣੇ ਗੁਰੂ ਘਰਾਂ ਵਾਸਤੇ, ਇੱਦਾਂ CCTV ਕੈਮਰਾ ਲਵਾਉਣ ਵਾਸਤੇ। ਅਤੇ 22-23 ਗੁਰਦੁਆਰਿਆਂ ਦੇ ਵਿੱਚ ਆਲਰੇਡੀ ਲੱਗ ਚੁੱਕੇ ਨੇ। ਐਂਡ ਮੈਂ ਉਹਨਾਂ ਨਾਲ ਜੋੜ ਕੇ ਇੱਕ ਸੇਵਾਦਾਰ ਹੋ ਕੇ ਮੈਂ ਅੱਜ ਇੱਥੇ ਪਿੰਡ ਦੇ ਵਿੱਚ ਆਈ ਹਾਂ, ਕਿਉਂਕਿ ਅਸੀਂ ਅੱਜ ਇੱਥੇ ਗੁਰੂ ਘਰ ਦੇ ਵਿੱਚ ਕੈਮਰੇ ਲਵਾਏ ਨੇ।